ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਕਦੇ ਕਿਸੇ ਨੂੰ ਲਤਾ ਮੰਗੇਸ਼ਕਰ ਵਾਂਗੂ ਗਾਉਂਦੇ ਹੋਏ ਸੁਣਿਆ, ਤਾਂ ਤੁਹਾਡਾ ਜਵਾਬ ਹੋਏਗਾ ਨਹੀਂ, ਬਿਲਕੁਲ ਨਹੀਂ। ਪਰ ਅੱਜ ਅਸੀਂ ਤੁਹਾਨੂੰ ਇੱਕ ਐਸੀ ਆਵਾਜ਼ ਸੁਣਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਖੁਦ ਵੀ ਕਨਫਿਊਜ਼ ਹੋ ਜਾਓਗੇ ਕਿ ਇਹ ਲਤਾ ਮੰਗੇਸ਼ਕਰ ਨੇ ਗਾਇਆ ਜਾਂ ਫਿਰ ਕਿਸੇ ਹੋਰ ਨੇ। ਇਹ ਲਤਾ ਮੰਗੇਸ਼ਕਰ ਦੀ ਆਵਾਜ਼ ਨਹੀਂ, ਇਹ ਆਵਾਜ਼ ਹੈ ਵੈਸਟ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ ਤੇ ਕੰਮ ਕਰਨ ਵਾਲੀ ਇੱਕ ਐਸੀ ਮਹਿਲਾ ਦੀ ਜਿਸ ਦੀ ਆਵਾਜ਼ ਨੂੰ ਲਤਾ ਮੰਗੇਸ਼ਕਰ ਨਾਲ ਕੰਪੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇਸ ਗਾਣੇ ਨੇ ਧੂਮ ਪਾਈ ਹੋਈ ਹੈ। ਸਿਰਫ 2 ਦਿਨਾਂ 'ਚ ਹੀ ਇਸ ਦੇ 2 ਮਿਲੀਅਨ ਤੋਂ ਵੱਧ ਵਿਊਜ਼ ਹੋ ਗਏ ਨੇ। ਜ਼ਾਹਿਰ ਜੀ ਗੱਲ ਹੈ ਕਿ ਇਸ ਮਹਿਲਾ ਦੀ ਆਵਾਜ਼ ਨੂੰ ਪਬਲਿਕ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਭਾਰਤ ਦੇ ਕੋਨੇ ਕੋਨੇ ਵਿੱਚ ਟੈਲੈਂਟ ਵਸਿਆ ਹੋਇਆ, ਪਰ ਕਿੰਨਾ ਹੀ ਐਸਾ ਟੈਲੈਂਟ ਹੈ ਜਿਸ ਨੂੰ ਸਹੀ ਪਲੇਟਫਾਰਮ ਨਾ ਮਿਲਣ ਕਰਕੇ ਜਾਂ ਫਿਰ ਕਈ ਮਜਬੂਰੀਆਂ ਕਰਕੇ ਸਹੀ ਪਹਿਚਾਣ ਨਹੀਂ ਮਿਲ ਪਾਉਂਦੀ। ਦੇਸ਼ ਤੇ ਦੁਨੀਆ ਦੀ ਤਮਾਮ ਖਬਰਾਂ ਲਈ ਤੁਸੀਂ ਦੇਖਦੇ ਰਹੋ ਵਿਰਸਾ ਲਾਈਵ ਟੀਵੀ, ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।